सबको जय मसीह की। मैं जतिन बब्बर और आप देख रहे हैं मसीह परिवार चैनल। तो जैसे कि आप सब जानते हैं कि हम अपने चैनल पे मसीह परिवार चैनल पे अलग अलग पास्टर्स की वीडियो को अपलोड करते हैं। अगर आप भी अपनी वीडियोस को, अपनी मिनिस्ट्री की वीडियोस को, अपनी टेस्टिमनीज को हमारे चैनल मसीह परिवार चैनल पे अपलोड करवाना चाहते हैं तो आप हमारे नंबर पे कांटेक्ट कर सकते हैं 9041690174। तो अगर आपको हमारा चैनल अच्छा लगता है, अलग अलग पास्टर्स की वीडियो देखना अच्छा लगता है, ब्लेसिंग अगर आपको चाहिए तो आप हमारे चैनल को सब्सक्राइब कीजिए, लाइक कीजिए और वीडियो को ज़्यादा से ज़्यादा शेयर कीजिए। सबको ਕਦਾਵਰ ਯੇਸ਼ੂ ਮਸੀਹ ਦੇ ਜ਼ਿੰਦਾ ਜਲਾਲੀ ਅਬਦੀ ਤੇ ਬਾਬਰਕਤ ਰਾਜੇ ਤੁਹਾਨੂੰ ਸਾਰਿਆਂ ਨੂੰ ਮੇਰੇ ਤੇ ਮੇਰੇ ਪਰਿਵਾਰ ਦੇ ਤੋਂ ਜੈ ਮਸੀਹ ਦੀ ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਤੇ ਸਾਡੇ ਮਾਣਯੋਗ ਪਾਸਟਰ ਜੀ ਦਾ ਮੈਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਇੱਕ ਵਾਰ ਫਿਰ ਮੌਕਾ ਦਿੱਤਾ ਕਿ ਮੈਂ ਤੁਹਾਡੇ ਵਿੱਚ ਖੜਾ ਹੋ ਕੇ ਪਰਮੇਸ਼ਰ ਦੀ ਬਾਣੀ ਨੂੰ ਕਲਾਮ ਨੂੰ ਤੁਹਾਡੇ ਨਾਲ ਵੰਡ ਸਕਾਂ। ਇਸ ਲਈ ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ, ਪਾਸਟਰ ਜੀ ਦਾ ਵੀ ਧੰਨਵਾਦ ਕਰਦਾ, ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਅਸੀਂ ਇਸ ਜਗ੍ਹਾ ਤੇ ਪਾਏ ਜਾਂਦੇ ਹਾਂ ਤਾਂ ਕਿ ਅਸੀਂ ਸੰਗਤੀ ਕਰੀਏ, ਕਿਉਂਕਿ ਵਚਨ ਕਹੀ ਕਹਿੰਦਾ ਕਿ ਜਿੱਦਾਂ ਜਿੱਦਾਂ ਤੁਸੀਂ ਅੰਤ ਸਮੇਂ ਨੂੰ ਨੇੜੇ ਆਉਂਦੇ ਹੋਏ ਦੇਖੋ ਸੰਗਤੀ ਕਰਨਾ ਕੀ ਕਰੋ, ਹੋਰ ਜ਼ਿਆਦਾ ਵਧਾ ਦਿਓ। ਤੇ ਸਾਡੇ ਲਈ ਇਹ ਕੀ ਹੈ, ਇੱਕ ਬੜੀ ਇੱਕ ਭਾਗਸ਼ਾਲੀ ਗੱਲ ਆ, ਆਸ਼ੀਸ਼ ਦੀ ਗੱਲ ਆ ਕਿ ਅਸੀਂ ਜਦੋਂ ਸਮੇਂ ਅੰਤ ਦਾ ਚੱਲ ਰਿਹਾ, ਸਾਨੂੰ ਪਤਾ ਕਿ ਅਸੀਂ ਅੰਤ ਸਮੇਂ ਦੇ ਵਿੱਚ ਆ ਤੇ ਅਸੀਂ ਕੀ ਕਰ ਰਹੇ, ਸੰਗਤੀ ਜ਼ਿਆਦਾ ਤੋਂ ਜ਼ਿਆਦਾ ਕਰ ਰਹੇ ਆ। ਇਹ ਪਰਮੇਸ਼ਵਰ ਦੇ ਅਨੁਗ੍ਰਹਿ ਦਾ ਸਬੂਤ ਆ ਕਿ ਪਰਮੇਸ਼ਵਰ ਦਾ ਅਨੁਗ੍ਰਹਿ ਸਾਡੇ ਤੇ ਬਰਕਰਾਰ ਬਣਿਆ ਹੋਇਆ। ਹਾਲੇਲੂਇਆ। ਅੱਜ ਅਸੀਂ ਪਰਮੇਸ਼ਵਰ ਦੇ ਕਲਾਮ ਦੇ ਵਿੱਚੋਂ ਸਿੱਖਾਂਗੇ, ਜਾਣਾਂਗੇ ਕਿ ਪਰਮੇਸ਼ਵਰ ਦਾ ਕਲਾਮ ਅੱਜ ਸਾਡੇ ਨਾਲ ਕੀ ਗੱਲ ਕਰਨਾ ਚਾਹੁੰਦਾ ਹੈ। ਆਈਏ ਪਰਮੇਸ਼ਵਰ ਦੇ ਕਲਾਮ ਦੀ ਔਰ ਜਾਣ ਤੋਂ ਪਹਿਲਾਂ ਅਸੀਂ ਆਪਣੇ ਸਰਾਂ ਨੂੰ ਝੁਕਾਈਏ, ਆਪਣੀਆਂ ਅੱਖਾਂ ਨੂੰ ਬੰਦ ਕਰੀਏ, ਆਪਣੇ ਹਿਰਦਿਆਂ ਨੂੰ ਤਿਆਰ ਕਰੀਏ ਤਾਂ ਕਿ ਪਰਮੇਸ਼ਵਰ ਦਾ ਪਾਕ ਰੂਹ ਸਾਡੇ ਨਾਲ ਆਪਣੇ ਕਲਾਮ ਦੇ ਦੁਆਰਾ ਕੀ ਕਰ ਸਕੇ, ਗੱਲਬਾਤ ਕਰ ਸਕੇ। ਹਾਲੇਲੂਇਆ। ਆਈਏ ਅਸੀਂ ਪ੍ਰਾਰਥਨਾ ਕਰਾਂਗੇ। ਸਵਰਗ ਸ਼ਕਤੀਮਾਨ ਪਿਤਾ ਪਰਮੇਸ਼ਵਰ ਯੇਸ਼ੂ ਨਾਸਰੀ ਜੀ, ਤੁਹਾਡੇ ਚਰਨਾਂ 'ਚ ਆਉਂਦੇ ਆ ਪਿਤਾ ਪਰਮੇਸ਼ਵਰ। ਪਿਤਾ ਪਰਮੇਸ਼ਵਰ ਇਸ ਚੱਲਦੀ ਹੋਈ ਆਰਾਧਨਾ ਨੂੰ ਪ੍ਰਭੂ ਜੀ ਤੁਹਾਡੇ ਹੱਥਾਂ 'ਚ ਸੌਂਪਦੇ ਆ ਪਿਤਾ ਪਰਮੇਸ਼ਵਰ। ਪ੍ਰਭੂ ਜੀ ਮੈਂ ਆਪਣੇ ਆਪ ਨੂੰ, ਆਪਣੇ ਸਰੀਰ, ਆਤਮਾ, ਪ੍ਰਾਣ ਨੂੰ ਪ੍ਰਭੂ ਤੁਹਾਡੇ ਚਰਨਾਂ 'ਚ ਦਿੰਦਾ ਪਿਤਾ ਪਰਮੇਸ਼ਵਰ। ਮੈਂ ਨਹੀਂ ਪ੍ਰਭੂ ਜੀ ਤੁਹਾਡਾ ਪਾਕ ਰੂਪ, ਪਿਤਾ ਪਰਮੇਸ਼ਵਰ ਮੇਰੇ 'ਚ ਉਹਦੇ ਹੋ ਕੇ ਬੋਲਨੇ ਪਾਏ ਪਿਤਾ ਪਰਮੇਸ਼ਵਰ। ਪ੍ਰਭੂ ਜੀ ਮੇਰੀ ਕੋਈ ਖੂਬੀ ਲਿਆਕਤ ਪਿਤਾ ਪਰਮੇਸ਼ਵਰ, ਕੋਈ ਔਕਾਤ, ਕੋਈ ਬੁੱਕਤ ਨਹੀਂ ਆ ਪਿਤਾ ਪਰਮੇਸ਼ਵਰ। ਅਸੀਂ ਇੱਕ ਬਰਤਨ ਆ ਪ੍ਰਭੂ ਜੀ, ਸਾਨੂੰ ਇਸਤੇਮਾਲ ਕਰਨ ਵਾਲੇ ਤੁਸੀਂ ਹੋ ਤੇ ਤੁਸੀਂ ਇਸਤੇਮਾਲ ਸਾਨੂੰ ਆਪਣੀ ਪਾਕ ਰੂਹ ਦੇ ਨਾਲ ਕਰ ਦਿਓ ਪਿਤਾ ਪਰਮੇਸ਼ਵਰ। ਜਿੱਦਾਂ ਪ੍ਰਭੂ ਜੀ ਹਜੇ ਤੱਕ ਤੁਸੀਂ ਆਪਣੀ ਪਾਕ ਰੂਹ ਦੇ ਦੁਆਰਾ ਪ੍ਰਭੂ ਇਸ ਆਰਾਧਨਾ ਨੂੰ ਚਲਾਉਂਦੇ ਆਏ ਹੋ, ਵਰਸ਼ਿਪ 'ਚ ਪਿਤਾ ਪਰਮੇਸ਼ਵਰ ਆਰਾਧਨਾ ਦੇ ਵਿੱਚ ਸਾਡੀ ਅਗਵਾਈ ਤੁਸੀਂ ਕੀਤੀ ਪਿਤਾ ਪਰਮੇਸ਼ਵਰ, ਉਸੇ ਰੀਤੀ ਦੇ ਨਾਲ ਪ੍ਰਭੂ ਜੀ ਹੁਣ ਤੁਸੀਂ ਪਿਤਾ ਪਰਮੇਸ਼ਵਰ ਕਲਾਮ ਦੇ ਦੁਆਰਾ ਵੀ ਸਾਡੀ ਅਗਵਾਈ ਕਰਨਾ ਪਿਤਾ ਪਰਮੇਸ਼ਵਰ। ਪਿਤਾ ਪਰਮੇਸ਼ਵਰ ਰਹਿੰਦਾ ਹੋਇਆ ਸਮੇਂ ਅਸੀਂ ਤੁਹਾਡੇ ਜ਼ੋਰਾਵਰ ਹੱਥਾਂ 'ਚ ਦਿੰਦੇ ਹਾਂ ਪਿਤਾ ਪਰਮੇਸ਼ਵਰ, ਤੁਸੀਂ ਸਾਡੀ ਪ੍ਰਾਰਥਨਾ ਨੂੰ ਸੁਣਿਆ ਤੇ ਕਬੂਲ ਕੀਤਾ, ਮੰਗ ਲੈਂਦੇ ਹਾਂ ਯੇਸ਼ੂ ਨਾਸਰੀ ਦੇ ਨਾਮ 'ਚ, ਆਮੇਨ। ਹਾਲੇਲੂਇਆ, ਹਾਲੇਲੂਇਆ। ਅੱਜ ਜਿਹੜਾ ਅਸੀਂ ਪਰਮੇਸ਼ਵਰ ਦੀ ਬਾਣੀ 'ਚੋਂ, ਪਰਮੇਸ਼ਵਰ ਦੇ ਕਲਾਮ 'ਚੋਂ ਜੋ ਅਸੀਂ ਦੇਖਾਂਗੇ, ਸਿੱਖਾਂਗੇ, ਜਾਣਾਂਗੇ, ਅਸੀਂ ਇਹ ਦੇਖਿਆ ਕਿ ਜਿਹੜਾ ਪਰਮੇਸ਼ਵਰ ਦਾ ਰਾਜ ਆ, ਜਿਹੜਾ ਪਰਮੇਸ਼ਵਰ ਦਾ ਰਾਜ ਆ, ਉਹ ਸਿਰਫ ਕੀ ਆ, ਗੱਲਾਂ ਦਾ ਹੀ ਰਾਜ ਨਹੀਂ ਆ। ਪਰਮੇਸ਼ਵਰ ਦਾ ਰਾਜ ਇਕੱਲਾ ਗੱਲਾਂ ਦੇ ਵਿੱਚ ਨਹੀਂ ਆ, ਪਰਮੇਸ਼ਵਰ ਦਾ ਰਾਜ ਜਿਹੜਾ ਉਹ ਸਾਮਰਥੀ ਰਾਜ ਆ। ਹਾਲੇਲੂਇਆ। ਮੇਰੇ ਨਾਲ ਤੁਸੀਂ ਕੱਢੋ ਪਹਿਲਾ ਕਰਿੰਥੀਓ 4 ਅਧਿਆਏ ਉਹਦੀ 20 ਆਇਆ। ਪਹਿਲਾ ਕਰਿੰਥੀਓ 4 ਅਧਿਆਏ ਉਹਦੀ 20 ਆਇਆ। ਪਰਮੇਸ਼ਵਰ ਦਾ ਰਾਜ ਗੱਲਾਂ ਵਿੱਚ ਤਾਂ ਨਹੀਂ ਸਗੋਂ ਸਮਰਥਾ ਵਿੱਚ ਹੈ। ਹਾਲੇਲੂਇਆ। ਪਰਮੇਸ਼ਵਰ ਦਾ ਰਾਜ ਕੀ ਆ, ਗੱਲਾਂ ਦੇ ਵਿੱਚ ਨਹੀਂ ਆ, ਸਾਮਰਥ ਦੇ ਵਿੱਚ ਆ। ਯਾਨੀ ਕਿ ਅਸੀਂ ਕਹਿੰਦੇ ਆ ਕਿ ਅਸੀਂ ਮਸੀਹ ਆ, ਅਸੀਂ ਕਹਿੰਦੇ ਆ ਕਿ ਅਸੀਂ ਮਸੀਹ ਦੇ ਵਿੱਚ ਨਹੀਂ ਸ੍ਰਿਸ਼ਟੀ ਆ, ਅਸੀਂ ਕਹਿੰਦੇ ਆ ਕਿ ਅਸੀਂ ਪਰਮੇਸ਼ਵਰ ਨੂੰ ਜਾਣ ਲਿਆ ਸੀ, ਪਹਿਚਾਣ ਲਿਆ ਸੀ, ਪਰਮੇਸ਼ਵਰ ਦੇ ਕਲਾਮ ਨੂੰ ਜਾਣਦੇ ਆ ਬੜੀ ਚੰਗੀ ਤਰੀਕੇ ਨਾਲ। ਪਰ ਮੁੱਦਾ ਇਹ ਆ ਕਿ ਵਾਕਿਆ ਜਿਹੜਾ ਸਾਡਾ ਜੀਵਨ ਆ, ਉਹ ਪਰਮੇਸ਼ਵਰ ਦੇ ਕਲਾਮ ਦੇ ਅਨੁਸਾਰ ਚੱਲ ਰਿਹਾ ਕਿ ਜਿਹੜਾ ਸਾਡਾ ਉੱਠਣਾ, ਬੈਠਣਾ, ਬੋਲ ਚਾਲ, ਚੱਲਣਾ, ਫਿਰਨਾ, ਗੱਲਬਾਤ ਕਰਨਾ, ਕਿਸੇ ਦੀ ਗੱਲ ਨੂੰ ਸੁਣ ਕੇ ਉਹਦੇ ਨੂੰ ਉਹਨੂੰ ਅਸੀਂ ਜਦੋਂ ਵਾਪਸ ਇਹ ਜਵਾਬ ਦਿੰਦੇ ਹਾਂ ਕਿ ਵਾਕਿਆ ਉਹ ਜਿੱਦਾਂ ਦਾ ਪਰਮੇਸ਼ਵਰ ਨੇ ਸਾਨੂੰ ਕਿਹਾ ਸਾਡਾ ਵਿਵਹਾਰ ਹੋਣਾ ਚਾਹੀਦਾ, ਕਿ ਸਾਡਾ ਉਹ ਹੈਗਾ ਆ। ਜਦੋਂ ਮੈਂ ਕਲਾਮ ਨੂੰ ਪੜ੍ਹਦਾ, ਜਦੋਂ ਮੈਂ ਪਰਮੇਸ਼ਵਰ ਦੀ ਬਾਣੀ ਨੂੰ ਪੜ੍ਹਦਾ ਆ ਤੇ ਪਰਮੇਸ਼ਵਰ ਦਾ ਪਾਕ ਕਲਾਮ ਮੈਨੂੰ ਦੱਸ ਦਿੰਦਾ ਵੀ ਮੈਂ ਕਿੰਨੇ ਕੁ ਪਾਣੀ 'ਚ ਆ। ਪੰਜਾਬੀ 'ਚ ਕਹਿੰਦੇ ਨੇ ਇੱਕ ਕਹਾਵਤ ਆ ਕਿ ਪਤਾ ਲੱਗ ਜੂ ਵੀ ਭਾਈ ਕਿੰਨੇ ਕੁ ਪਾਣੀ 'ਚ ਆ।
ਤੇ ਉਦੋਂ ਪਤਾ ਲੱਗਦਾ ਜਦੋਂ ਮੈਂ ਕਲਾਮ ਨੂੰ ਪੜ੍ਹਦਾ ਇਹ ਕਲਾਮ ਕੀ ਹੈ ਇੱਕ ਆਇਨਾ ਆ ਸ਼ੀਸ਼ਾ ਅਸੀਂ ਸਾਰੇ ਜਾਣਦੇ ਹਾਂ ਜਦੋਂ ਮੈਂ ਇਹਨੂੰ ਪੜ੍ਹਦਾ ਮੈਨੂੰ ਪਤਾ ਲੱਗਦਾ ਕਿ ਮੇਰਾ ਵਿਵਹਾਰ ਕਿੱਦਾਂ ਦਾ ਆ ਮੇਰਾ ਵਿਵਹਾਰ ਮੇਰੇ ਘਰਦਿਆਂ ਦੇ ਪ੍ਰਤੀ ਕਿੱਦਾਂ ਆ ਮੇਰਾ ਵਿਵਹਾਰ ਮੇਰੇ ਬਾਹਰ ਦਾ ਮੇਰਾ ਵਿਵਹਾਰ ਬੜਾ ਚੰਗਾ ਆ ਬਾਹਰ ਮੈਂ ਮੇਰੇ ਵਾਈਫ ਦੇ ਨਾਲ ਜਾਂਦਾ ਸੇਵਾ ਕਰਦੇ ਹਾਂ ਇੱਥੇ ਆਉਂਦੇ ਹਾਂ ਸਭ ਕੁਝ ਕਰਦੇ ਹਾਂ ਇੱਥੇ ਮੇਰਾ ਵਿਵਹਾਰ ਕੀ ਆ ਅਲੱਗ ਆ ਪਰ ਜੇ ਮੈਂ ਘਰੇ ਜਾਂਦਾ ਆ ਜਦੋਂ ਕੋਈ ਛੋਟੀ ਜਿਹੀ ਵੀ ਗੱਲ ਹੋ ਜੇ ਕਿ ਮੇਰਾ ਵਿਵਹਾਰ ਚੇਂਜ ਹੋ ਰਿਹਾ ਕਿ ਮੈਂ ਉਹੀ ਵਿਵਹਾਰ ਤੇ ਖੜਾ ਜਿਹੜਾ ਵਿਵਹਾਰ ਮੇਰਾ ਇੱਥੇ ਆ ਕਲੀਸਿਆ ਦੇ ਵਿੱਚ ਆ ਕਿ ਮੇਰੇ ਵਿੱਚ ਕਿਤੇ ਦਿਖਾਵਟ ਤਾਂ ਨਹੀਂ ਆ ਕਿ ਮੈਂ ਜਿਹੜੀਆਂ ਗੱਲਾਂ ਕਰ ਰਿਹਾ ਉਹ ਵਾਕਈ ਪਰਮੇਸ਼ਵਰ ਦੇ ਕਲਾਮ ਦੇ ਅਨੁਸਾਰ ਮੇਰਾ ਜੀਵਨ ਹੈਗਾ ਕਿ ਮੈਂ ਸਿਰਫ ਗੱਲਾਂ ਹੀ ਕਰ ਰਿਹਾ ਪ੍ਰਭੂ ਦਾ ਦਾਸ ਪੌਲਸ ਵੀ ਇਹੀ ਕਹਿੰਦਾ ਕਹਿੰਦਾ ਮੈਂ ਹਵਾ ਦੇ ਵਿੱਚ ਹੁੱਕੇ ਨਹੀਂ ਮਾਰਦਾ ਕਹਿੰਦਾ ਮੈਂ ਬੇਨਾ ਨਿਸ਼ਾਨੇ ਤੋਂ ਦੌੜ ਨਹੀਂ ਰਿਹਾ ਕਿਤੇ ਇੱਦਾਂ ਨਾ ਹੋਵੇ ਉਹੀ ਹਾਲ ਹੋ ਜਾਏ ਕਿ ਜਿਹੜਾ ਹੇ ਪ੍ਰਭੂ ਕਹਿੰਦਾ ਹਰੇਕ ਬੰਦਾ ਸਵਰਗ ਰਾਜ ਚ ਪ੍ਰਵੇਸ਼ ਨਹੀਂ ਕਰੂਗਾ ਕਦੀ ਇੱਦਾਂ ਨਾ ਹੋ ਜਾਏ ਆਪਣੇ ਨਾਲ ਕਿਉਂਕਿ ਪਰਮੇਸ਼ਵਰ ਦਾ ਰਾਜ ਹੈ ਗੱਲਾਂ ਜਿੰਨੀ ਜੇ ਅੱਜ ਦੀ ਲੈਂਗੁਏਜ ਚ ਕਿਹਾ ਜਾਵੇ ਐਕਸ਼ਨ ਸਪੀਕ ਲਾਊਡਰ ਦੈਨ ਵਰਡਸ ਕਿ ਜਿਹੜਾ ਸਾਡਾ ਕੰਮ ਕਰਨਾ ਆ ਉਹ ਮੈਟਰ ਕਰਦਾ ਕਿ ਸਿਰਫ ਅਸੀਂ ਗੱਲਾਂ ਕਰੀ ਜਾਈਏ ਹੁਣ ਮੈਂ ਕਹਾਂਗੀ ਜੀ ਮੈਂ ਸੇਵਾ ਕਰਨੀ ਆ ਉਦਾਹਰਨ ਦੇ ਤੌਰ ਤੇ ਮੈਂ ਕਹਾਂ ਮੈਂ ਸੇਵਾ ਕਰਨੀ ਆ ਪਾਸਟਰ ਜੀ ਸਾਡੇ ਮੈਨੂੰ ਕਹਿਣ ਕਿ ਤੂੰ ਭਾਈ ਸਵੇਰੇ 5 ਵਜੇ ਆ ਜਾਈ ਪਹਿਲਾਂ ਆਪਾਂ ਕੀ ਕਰਨੀ ਆ ਚਰਚ ਦੀ ਸਫਾਈ ਕਰਨੀ ਆ ਹੁਣ ਮੈਂ 5 ਵਜੇ ਨਹੀਂ ਆ ਰਿਹਾ ਮੈਂ ਸਿੱਧਾ ਹੀ ਚਰਚ ਜਾ ਰਿਹਾ ਉਹ ਪਾਸਟਰ ਜੀ ਉੱਠਿਆ ਨਹੀਂ ਗਿਆ ਉਹ ਕੀ ਆ ਗੱਲਾਂ ਆ ਕਿਉਂਕਿ ਜੇ ਅਸੀਂ ਆਪਣੇ ਵੱਡਿਆਂ ਦੀ ਗੱਲ ਨਹੀਂ ਮੰਨ ਸਕਦੇ ਤਾਂ ਜਿਹੜਾ ਪਰਮੇਸ਼ਵਰ ਜਿਹਨੂੰ ਅਸੀਂ ਦੇਖੇ ਨਹੀਂ ਉਹਦੇ ਕਲਾਮ ਦੀ ਗੱਲ ਕਿੱਦਾਂ ਮੰਨ ਲਾਂਗੇ ਹਾਲੇਲੂਇਆ ਪਰਮੇਸ਼ਵਰ ਦਾ ਰਾਜ ਕੀ ਆ ਗੱਲਾਂ ਦਾ ਨਹੀਂ ਆ ਸਾਮਰਥ ਦਾ ਆ ਅਸੀਂ ਦੇਖ ਸਕਦੇ ਹਾਂ ਪਤਰਸ ਦੇ ਜੀਵਨ ਤੋਂ ਪਤਰਸ ਆਪਣੀ ਸਾਮਰਥ ਨਾਲ ਮੱਛੀਆਂ ਫੜ ਰਿਹਾ ਨਹੀਂ ਫੜੀਆਂ ਗਈਆਂ ਯੇਸ਼ੂ ਮਸੀਹ ਆਏ ਉਹਨਾਂ ਨੇ ਕੀ ਕੀਤਾ ਇੰਨੀਆਂ ਸਾਰੀਆਂ ਮੱਛੀਆਂ ਫੜ ਲਈਆਂ ਕਿ ਦੂਜੇ ਬੰਦਿਆਂ ਨੂੰ ਵੀ ਬੁਲਾਉਣਾ ਪੈ ਗਿਆ ਸਿਰਫ ਗੱਲਾਂ ਦੇ ਨਾਲ ਅਸੀਂ ਅੱਗੇ ਨਹੀਂ ਵੱਧ ਸਕਦੇ ਸਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦੀ ਸਾਮਰਥ ਹੋਣੀ ਚਾਹੀਦੀ ਆ ਜਦੋਂ ਅਸੀਂ ਕਿਤੇ ਜਾਈਏ ਕਿਸੇ ਦੇ ਨਾਲ ਮਿਲੀਏ ਕਿਸੇ ਨੂੰ ਸੁਸਮਾਚਾਰ ਸੁਣਾਈਏ ਕਿਸੇ ਦੇ ਲਈ ਪ੍ਰਾਰਥਨਾ ਕਰੀਏ ਕਿਸੇ ਨੂੰ ਅਸੀਂ ਵਿਜ਼ਿਟ ਕਰਨ ਕਿਸੇ ਨੂੰ ਮਿਲਣ ਜਾਈਏ ਤਾਂ ਉੱਥੇ ਕੀ ਆ ਉੱਥੇ ਪਰਮੇਸ਼ਵਰ ਦੀ ਸਾਮਰਥ ਹੋਣੀ ਚਾਹੀਦੀ ਆ ਕਿਉਂਕਿ ਪਰਮੇਸ਼ਵਰ ਸਾਡੇ ਦੁਆਰਾ ਹੀ ਪਰਮੇਸ਼ਵਰ ਦੀ ਸਾਮਰਥ ਉਸ ਜਗ੍ਹਾ ਤੇ ਕੀ ਕਰੂਗਾ ਰਿਲੀਜ਼ ਕਰੂਗਾ ਹਾਲੇਲੂਇਆ ਉਸ ਜਗ੍ਹਾ ਤੇ ਕੰਮ ਕਰੂਗਾ ਉਹ ਆਰਾਧਨਾ ਦੇ ਦੁਆਰਾ ਹੋ ਸਕਦੀ ਆ ਉਹ ਪ੍ਰਾਰਥਨਾ ਦੇ ਦੁਆਰਾ ਹੋ ਸਕਦੀ ਆ ਉਹ ਕਲਾਮ ਪ੍ਰਚਾਰ ਕਰਨ ਦੇ ਦੁਆਰਾ ਹੋ ਸਕਦੀ ਆ ਉਹ ਪਰਮੇਸ਼ਵਰ ਦੀ ਮਰਜ਼ੀ ਆ ਕਿ ਪਰਮੇਸ਼ਵਰ ਸਾਨੂੰ ਕਿੱਦਾਂ ਇਸਤੇਮਾਲ ਕਰਨਾ ਚਾਹੁੰਦਾ ਹਾਲੇਲੂਇਆ ਵਚਨ ਜੇ ਲਿਖਿਆ ਕਿ ਤੂੰ ਕੀ ਕਰ ਅਗਰ ਜੇ ਤੂੰ ਬੁਰਾ ਕਿਸੇ ਨੂੰ ਦੇਖ ਲਿਆ ਆਪਣੀ ਅੱਖਾਂ ਨਾਲ ਤੇ ਤੂੰ ਉੱਥੇ ਵਿਭਿਚਾਰ ਹੋ ਗਿਆ ਮੈਂ ਇਸ ਚੀਜ਼ ਨੂੰ ਆਪਣੇ ਜੀਵਨ ਦੇ ਵਿੱਚ ਬੜੀ ਧਿਆਨ ਨਾਲ ਇਸ ਚੀਜ਼ ਨੂੰ ਰੱਖ ਕੇ ਚੱਲਦਾ ਕਿਉਂਕਿ ਮੈਂ ਇੱਕ ਨੌਜਵਾਨ ਵੀ ਪਾਇਆ ਜਾਂਦਾ ਹੈ ਵਿਚਾਰ ਵੀ ਆਉਂਦੇ ਆ ਦੂਜੀਆਂ ਚੀਜ਼ਾਂ ਵੀ ਆਉਂਦੀਆਂ ਪਰ ਉਹ ਵਿਚਾਰ ਜਦੋਂ ਆਉਂਦੇ ਆ ਮੇਰੇ ਅੰਦਰ ਉਹਨਾਂ ਨੂੰ ਮੈਂ ਕੀ ਕਰਦਾ ਪਰ ਦੁਆ ਕਰਦਾ ਪਰਮੇਸ਼ਵਰ ਦੀ ਸਾਮਰਥ ਉਤਰਦੀ ਆ ਉਹਨਾਂ ਵਿਚਾਰਾਂ ਦਾ ਗਲਤ ਵਿਚਾਰਾਂ ਦਾ ਨੈਗੇਟਿਵ ਵਿਚਾਰਾਂ ਦਾ ਜਿਹੜੇ ਗਲਤ ਆ ਜਿਹੜੇ ਸਹੀ ਵਿਚਾਰ ਨਹੀਂ ਆ ਜਿਹੜੇ ਸਾਡੇ ਅੰਦਰ ਨਹੀਂ ਰਹਿਣੇ ਚਾਹੀਦੇ ਉਹਨਾਂ ਦਾ ਖੰਡਨ ਜਦੋਂ ਪਰਮੇਸ਼ਵਰ ਦੀ ਸਾਮਰਥ ਉਤਰਦੀ ਆ ਉਹ ਵਿਚਾਰ ਮੇਰੇ ਅੰਦਰੋਂ ਕੀ ਆ ਆਟੋਮੈਟਿਕ ਨਿਕਲ ਜਾਂਦੇ ਹਾਲੇਲੂਇਆ ਕਿਉਂਕਿ ਪਰਮੇਸ਼ਵਰ ਦਾ ਰਾਜ ਕੀ ਆ ਗੱਲਾਂ ਦਾ ਨਹੀਂ ਆ ਪਰਮੇਸ਼ਵਰ ਦਾ ਰਾਜ ਜਿਹੜਾ ਹੈਗਾ ਉਹ ਸਾਮਰਥ ਦਾ ਰਾਜ ਆ ਕਿਉਂਕਿ ਜਦ ਤੱਕ ਚੇਲਿਆਂ ਨੇ ਸਾਮਰਥ ਨਹੀਂ ਪ੍ਰਾਪਤ ਕੀਤੀ ਗੁਦਾਵਰ ਯੇਸ਼ੂ ਮਸੀਹ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਭਾਈ ਜਾਇਓ ਨਾ ਕਿਤੇ ਜਦੋਂ ਉਹਨਾਂ ਨੇ ਸਾਮਰਥ ਪਾ ਲਈ ਜਦੋਂ ਪਾਗਰੂ ਦੇ ਦੁਆਰਾ ਸਾਮਰਥ ਪਾ ਲਈ ਉਦੋਂ ਯਹੂਨਾ ਤੇ ਪਤਰਸ ਮੰਦਿਰ ਜਾ ਰਹੇ ਆ ਦੁਆ ਕਰਨ ਉੱਥੇ ਭਿਖਾਰੀ ਬੈਠਾ ਜਨਮ ਦਾ ਹੀ ਲੰਗੜਾ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਪੈਸੇ ਨਹੀਂ ਹੈਗੇ ਸਾਡੇ ਕੋਲ ਸੋਨਾ ਚਾਂਦੀ ਨਹੀਂ ਹੈਗਾ ਅਗਰ ਇਸ ਆਇਤ ਨੂੰ ਅੱਜ ਦੇ ਵਚਨ ਦੇ ਨਾਲ ਕੋਟ ਕੀਤਾ ਜਾਵੇ ਵੀ ਭਾਈ ਇਕੱਲੀਆਂ ਗੱਲਾਂ ਹੀ ਸਾਡੇ ਕੋਲ ਨਹੀਂ ਹੈਗੀਆਂ ਸਿਰਫ ਅਸੀਂ ਇਹ ਨਾਮ ਦੇ ਮਸੀਹ ਨਹੀਂ ਆ ਵੀ ਮਸੀਹ ਵਾਲੇ ਕੱਪੜੇ ਪਾਏ ਘਰੇ ਜਾ ਕੇ ਲਾ ਕੇ ਟੰਗ ਤੇ ਫਿਰ ਸੰਡੇ ਨੂੰ ਪਾਏ ਦੁਬਾਰਾ ਆ ਗਏ ਉਹ ਪਤਰਸ ਕਹਿੰਦਾ ਵੀ ਸਾਡੇ ਕੋਲ ਸੋਨਾ ਤੇ ਚਾਂਦੀ ਨਹੀਂ ਆ ਸਾਡੇ ਕੋਲ ਸੋਨਾ ਤੇ ਚਾਂਦੀ ਨਹੀਂ ਆ ਪਰ ਸਾਡੇ ਕੋਲ ਇੱਕ ਨਾਮ ਆ ਉਹ ਨਾਮ ਕਿਹੜਾ ਜ਼ਿੰਦਾ ਨਾਮ ਜਲਾਲੀ ਨਾਮ ਕੁਵਤ ਵਾਲਾ ਨਾਮ ਹਸ਼ਮਤ ਵਾਲਾ ਨਾਮ ਹਿੰਮਤ ਵਾਲਾ ਨਾਮ ਤਾਕਤ ਵਾਲਾ ਨਾਮ ਛਡਾਉਣ ਵਾਲਾ ਨਾਮ ਬਚਾਉਣ ਵਾਲਾ ਨਾਮ ਉਹ ਕੌਣ ਨਾਮ ਆ ਸਾਮਰਥੀ ਨਾਮ ਕਿਉਂਕਿ ਪਰਮੇਸ਼ਵਰ ਦਾ ਰਾਜ ਸਾਮਰਥੀ ਨਾਮ ਉਹ ਨਾਮ ਨਾਮ ਕਿਹੜਾ ਆ ਯੇਸ਼ੂ ਮਸੀਹ ਦਾ ਨਾਮ ਹਾਲੇਲੂਇਆ ਹਾਲੇਲੂਇਆ ਸਾਡਾ ਜੀਵਨ ਜਿਹੜਾ ਆ ਉਹ ਵਚਨ ਤੇ ਆਧਾਰਿਤ ਹੋਣਾ ਚਾਹੀਦਾ ਆ ਪਿਛਲੇ ਦਿਨਾਂ 'ਚ ਮੈਂ ਸ਼ਾਇਦ ਤੁਹਾਡੇ ਨਾਲ ਵੰਡਿਆ ਸੀਗਾ ਕਿ ਮੇਰੇ ਥੱਪੜ ਮਾਰਤਾ ਸੀਗਾ ਇੱਕ ਸਾਡੇ ਘਰ ਦੇ ਨਾਲ ਹੀ ਕਿਸੇ ਦੀ ਲੜਾਈ ਹੋ ਰਹੀ ਸੀ ਮੈਂ ਉਹਨਾਂ ਨੂੰ ਛੁਡਾਉਣ ਗਿਆ ਉਹਨਾਂ ਨੇ ਮੇਰੇ ਥੱਪੜ ਮਾਰਤਾ ਥੱਪੜ ਮਾਰਿਆ ਮੈਂ ਆਪਣੇ ਅੰਦਰ ਚਲੇ ਗਿਆ ਉਹਨਾਂ ਨੇ ਸੋਚਿਆ ਵੀ ਕੁਛ ਲੈਣ ਗਿਆ ਵੀ ਸਾਨੂੰ ਮਾਰੂਗਾ ਕਿ ਪਰ ਮੈਂ ਨਹੀਂ ਬਾਹਰ ਆਇਆ ਕਿਉਂਕਿ ਪਰਮੇਸ਼ਵਰ ਦੀ ਸਾਮਰਥ ਨੇ ਮੈਨੂੰ ਉਸ ਚੀਜ਼ ਅੰਦਰੋਂ ਬਾਹਰ ਨਿਕਲਣ ਹੀ ਨਹੀਂ ਦਿੱਤਾ
मेनू उथे ही अंदर ही किया बिठा के रखा क्योंकि जो परमेश्वर की सामर्थ साढ़े च है परमेश्वर की सामर्थ कभी भी सानू गलत काम करने की ओर नहीं ले जाऊगी। परमेश्वर की सामर्थ जिथे काम गलत हो रहा सानू उस जगह तो जानते की करूंगी रोक दूगी सानू उथे ही बिठा दूगी तद तक असी नहीं निकल सकते जब तक परमेश्वर सानू अलाउ नहीं करूंगा क्योंकि जो परमेश्वर की सामर्थ किता अंदर आती है वचन के द्वारा जो मेरे अंदर वचन ना होता तो मैंने कि याद आता कि कलाम से लिखा जो कोई तेरे एक गल के बारे तू दूजा भी गल की गल वे अगे गल परमेश्वर का दास पौलुस भी यही कहता कहता निर्बलता से की है परमेश्वर की सामर्थ मेरे की है छाया करती है निर्बल असी निर्बल किसी भी तरीके हो सकते चाहे असी शरीरिक रीति हो चाहे असी पैसे नाल होइए चाहे सानू कोई मानसिक दबाव होवे चाहे सानू कोई परिवारिक दबाव होवे चाहे वो सानू दुनियावी किसी तरीके का कोई क्यों ना दबाव होवे अज असी देख सकते हैं कि मसीहां दे उत्ते किन्ना अत्याचार भी हो रहा क्योंकि जे सामर्थ नहीं आऊगी तो कल नू मैं कितने खड़ के जिथे परमेश्वर का विद्रोह हो रहा तो मैं उत्थे प्रचार कर रहा तो मैं जे सामर्थ नहीं आ तो मैं उत्थों भज लूंगा क्योंकि परमेश्वर का राज्य की है गल्लां दा नहीं है जे मेरे अंदर परमेश्वर की सामर्थ नहीं है मैं की करूंगा मैं उस जगह तो भज लूंगा पर जे परमेश्वर की सामर्थ के द्वारा पागरू के उभारे जान के नाल मैं प्रचार कर रहा तो मैं भजूंगा नहीं फिर मैं उही दुआ करूंगा जिहड़ी स्तिफनुस ने की कि प्रभु इन्हां नूं क्षमा कर हालेलुया क्योंकि इन्हां चीज़ों का सानू अनुभव करना जिंदगी दे विच जरूरी आ मसीह जीवन जिहड़ा हैगा वह अनुभव का जीवन आ गल्लां का जीवन नहीं आ मसीह जीवन जिहड़ा उह त्याग का जीवन आ मैं ये सोचता कि सेवा जिहड़ी आ सेवा एक बहुत एक उहदे तों वड्डा कोई काम नहीं आ दुनिया दे विच क्योंकि तुसीं एक काम करदे हो तुहानूं पता तुसीं जाओगे सवेरे 8 to 5 ड्यूटी आ महीने बाद 20,000 रुपया मिल जाणा सेवा दे विच एक लैवल पार कीता ते दूजा खड़ा आ दूजा लैवल पार कीता तां तीजा आ तीजा लैवल पार कीता तां चौथा आ सेवा दे विच लैवल वधदे आ ते हर एक लैवल च परमेश्वर की सामर्थ दे नाल सानू एक अलग अनुभव हुंदा हालेलुया क्योंकि परमेश्वर का कलाम साडे अंदर आ ओ सामर्थ साडे अंदर बरकरार रहनी चाहीदी आ पिछले दिनां दे विच मेरे जीवन च परिवार के जीवन च बहुत सारी इदां दीआं घटनावां घटियां बहुत सारे इदां दा दौर आया कि मैनू इदां लगदा सीगा कि मैनू हरेक बंदे ने की करता छड्डता मैनू हरेक बंदे ने की करता छड्डता मैनू भी मैं कई बार मेरे इदा विचार आता सी मैं यार चंगा तू रब दे विच आया तेरे ना कोई सिद्धे मूंह गल ही नहीं करता चंगा तू रब दे विच आया तेनू घर दे नहीं तेरे गल करते चंगा तू रब दे विच आया फिर मैं उन्होंने की करता सीगा यीशु मसीह दे नाम च उन्होंने दूर कर दिता सी क्योंकि मैनू पता कि एक मैं दौर चो गुजर रहा तो परमेश्वर ने मैनू तो मेरी वाइफ को पिछले 2 साल से वो एक सख्त टाइम के निकलण के लिए प्रभु ने सानू सामर्थ दी हालेलुया साढ़े को पैसे नहीं थे सानू नहीं पता बगाने शहर से कितना रहना सानू नहीं पता बेटी का ट्रीटमेंट कितना कराना सानू नहीं पता पैसे कितों आओगे सानू नहीं पता की होगा सानू कुछ नहीं पता बस साडा भरोसा कहते हैं परमेश्वर से क्योंकि मैं की किया मैं परमेश्वर के कलाम को अपने हिरदे च रख छड्डिया मैं क्या प्रभु जी पिछे नहीं होगा जो मर्जी हो जाए मैं परमेश्वर के विच बनया रहा वो अपनी मेरी कोई खूबी लियाकत नहीं सी ओ परमेश्वर के अनुग्रह का सबूत सीगा कि असी परमेश्वर के विच खड़े रहे नहीं तो मैं ये सोचना है शायद गलत नहीं हो सकता कि जो जिदा का दौर मिल रहा है भी मैं पहला किदा की जिंदगी सी फिर मैं मसीह के विच आया मसीह के विच आने तो बाद एक होर नवी प्रॉब्लम ते जे परमेश्वर का अनुग्रह ना होता जे प्रभु की सामर्थ मेरे से ना कम करती तो शायद अज मैं की आ पिछे हट जाता पर हर रोज परमेश्वर का अनुग्रह यह दसदा कि मैं तेरे नाल हाँ हर रोज जो परमेश्वर सवेरे में उठता मैनू यह पता हों कि अज का दिन जो मैं परमेश्वर ने दिखाया आ यह परमेश्वर के अनुग्रह का सबूत आ ते अज मैं की करना मेरे जीवन तो परमेश्वर की सामर्थ बहनी चाहिए आ मेरे बोलने तो परमेश्वर की सामर्थ बहनी चाहिए आ मेरे काम कार तो परमेश्वर की सामर्थ बहनी चाहिए आ ताकि मैं इस चीज़ को बयां कर सका कि मसीह दे विच जिहड़ा जीवन आ वह गल्लां दा नहीं वह सामर्थी जीवन आ क्योंकि मसीह जीवन जिहड़ा आ एक बड़ा कठिन जीवन तुहानूं हरेक हर रोज़ एक चीज़ का सामना करना पैंदा
ਤੁਹਾਨੂੰ ਹਰ ਰੋਜ਼ ਆ ਪਿਛਲੇ ਦਿਨਾਂ 'ਚ ਕੀ ਹੋਇਆ ਮੇਰੇ ਮੰਮੀ ਕਹਿੰਦੇ ਪੈਸੇ ਰੱਖ ਕੇ ਭੁੱਲ ਗਏ ਅਤੇ ਉਹਨਾਂ ਨੇ ਸਿੱਧਾ ਮੈਨੂੰ ਹੀ ਆਵਾਜ਼ ਮਾਰੀ ਕਹਿੰਦੇ ਗੌਰੀ ਮੈਂ ਕਿਹਾ ਹਾਂਜੀ ਕਹਿੰਦੇ ਮੈਂ ਇੱਥੇ ਪੈਸੇ ਰੱਖੇ ਸੀਗੇ ਮੈਂ ਕਿਹਾ ਮੰਮੀ ਮੈਨੂੰ ਕੀ ਪਤਾ ਮੈਂ ਕਿਹਾ ਤੁਸੀਂ ਦੇਖੋ ਧਿਆਨ ਨਾਲ ਅਤੇ ਉੱਥੇ ਹੀ ਸੀਗੇ ਮਤਲਬ ਯਾਨੀ ਕਿ ਉਦੋਂ ਮੈਨੂੰ ਉਹ ਯਾਦ ਆਇਆ ਮੈਂ ਕਿਹਾ ਵੀ ਦੇਖ ਜਿਹੜੇ ਕੰਮ ਤੂੰ ਪਹਿਲਾਂ ਕਰਦਾ ਸੀਗਾ ਉਹੀ ਕੰਮਾਂ ਦੇ ਕਾਰਨ ਕੀ ਆ ਤੇਰੀ ਮੰਮੀ ਨੇ ਤੈਨੂੰ ਆਵਾਜ਼ ਮਾਰੀ ਕਿ ਖਰੇ ਅੱਜ ਵੀ ਉਦਾਂ ਤਾਂ ਨਹੀਂ ਆ ਪਰ ਪੈਸੇ ਉਦੇ ਹੀ ਉਹ ਕਿਤਾਬ ਦੇ ਵਿੱਚ ਹੀ ਪਏ ਸੀ ਮੈਂ ਪਰਮੇਸ਼ੁਰ ਦਾ ਧੰਨਵਾਦ ਕੀਤਾ ਮੈਨੂੰ ਗੁੱਸਾ ਨਹੀਂ ਆਇਆ ਬਲਕਿ ਮੈਂ ਉਸ ਚੀਜ਼ ਤੋਂ ਇਹ ਸਿੱਖਿਆ ਕਿ ਅੱਜ ਮੇਰੇ ਵਿੱਚ ਕੀ ਆ ਅੱਜ ਮੇਰੇ ਵਿੱਚ ਪਰਮੇਸ਼ੁਰ ਨੇ ਸਬਰ ਦੇ ਦਿੱਤਾ ਨਹੀਂ ਤਾਂ ਮੈਂ ਕੀ ਕਰਦਾ ਜੇ ਮੇਰੇ ਅੰਦਰ ਸਬਰ ਨਾ ਹੁੰਦਾ ਮੈਂ ਬੋਲ ਪੈਂਦਾ ਜੇ ਮੇਰੇ ਅੰਦਰ ਬਦਲਾਵ ਨਾ ਹੁੰਦਾ ਮੈਂ ਮੰਮੀ ਦੇ ਨਾਲ ਬੋਲ ਪੈਂਦਾ ਜੇ ਮੈਂ ਕਿਉਂਕਿ ਪ੍ਰੈਕਟੀਕਲ ਜੀਵਨ ਆ ਨਾ ਜੇ ਮੈਂ ਪ੍ਰੈਕਟੀਕਲ ਨਹੀਂ ਚੱਲੂੰਗਾ ਜੇ ਅਨੁਭਵ ਦੇ ਨਾਲ ਨਹੀਂ ਚੱਲੂੰਗਾ ਤਾਂ ਗਿਰ ਜੂੰਗਾ ਜੇ ਵਚਨ ਨੂੰ ਅਪਲਾਈ ਨਹੀਂ ਕਰੂੰਗਾ ਤੇ ਗਿਰ ਜੂੰਗਾ ਜੇ ਵਚਨ ਦੇ ਅਨੁਸਾਰ ਨਹੀਂ ਚੱਲੂੰਗਾ ਤਾਂ ਗਿਰ ਜੂੰਗਾ ਕਿਉਂਕਿ ਮੇਰੇ ਲਈ ਤਾਂ ਦਿੱਕਤਾਂ ਹੀ ਬਹੁਤ ਆ ਮੇਰੇ ਲਈ ਤਾਂ ਇੱਕ ਨਾਰਮਲ ਬੰਦੇ ਲਈ ਜੇ 10 ਪਰੇਸ਼ਾਨੀਆਂ ਨਾ ਤਾਂ ਮੇਰੇ ਲਈ 90 ਪਰੇਸ਼ਾਨੀਆਂ ਆ ਇੱਕ ਟਾਈਮ ਤੇ ਪਰ ਉਹ ਕੀ ਕਰਦਾ ਉਹਨਾਂ ਤੇ ਵਿਜੇ ਕਿੱਦਾਂ ਪਾਉਂਦਾ ਮੈਂ ਪਰਮੇਸ਼ੁਰ ਦੀ ਸਾਮਰਥ ਦੇ ਦੁਆਰਾ ਕਿਉਂਕਿ ਪਰਮੇਸ਼ੁਰ ਨੇ ਆਪਣਾ ਪਾਕ ਰੂਹ ਜਿਹੜਾ ਸਾਨੂੰ ਦਿੱਤਾ ਉਹ ਪਾਕ ਰੂਹ ਹਮੇਸ਼ਾ ਗੱਲ ਕਰਦਾ ਰਹਿੰਦਾ ਕਿ ਨਹੀਂ ਆਹ ਗੱਲ ਨਹੀਂ ਹੈ ਤਾਂ ਆਹ ਗੱਲ ਨਹੀਂ ਹੈ ਤਾਂ ਤੇ ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਕਿ ਇਹਨਾਂ ਦਿਨਾਂ 'ਚ ਪਿਛਲੇ ਦਿਨਾਂ 'ਚ ਮੈਂ ਪਰਮੇਸ਼ੁਰ ਦੀ ਆਵਾਜ਼ ਨੂੰ ਸੁਣਨਾ ਸਿੱਖਿਆ ਕਿ ਪਰਮੇਸ਼ੁਰ ਦੀ ਆਵਾਜ਼ ਨੂੰ ਸੁਣ ਕੇ ਉਹਦੇ ਕੰਮ ਕਿੱਦਾਂ ਕਰਨਾ ਹੈ ਜੇ ਪਰਮੇਸ਼ੁਰ ਕਹਿ ਰਹੇ ਆ ਕਿ ਭਾਈ ਆਹ ਚੀਜ਼ ਬੰਦੇ ਨੂੰ ਦੇ ਦੇ ਤਾਂ ਭਾਈ ਦੇ ਦਿਓ ਕੀ ਆ ਸਾਡੇ ਲਈ ਉਹਦੇ ਤੋਂ ਉੱਤਮ ਚੀਜ਼ ਪਰਮੇਸ਼ੁਰ ਨੇ ਰੱਖੀ ਹੋਈ ਹੈ ਹਾਲੇਲੂਇਆ ਕਿਉਂਕਿ ਮਸੀਹ ਜੀਵਨ ਜਿਹੜਾ ਆ ਸੇਵਾ ਜਿਹੜੀ ਆ ਉਹ ਸੇਵਾ ਇਹ ਆ ਸੇਵਾ ਮਸੀਹ ਜਿਹੜਾ ਵਿਅਕਤੀ ਆ ਜਿਹੜਾ ਵਿਸ਼ਵਾਸੀ ਆ ਜਿਹੜਾ ਪ੍ਰਭੂ ਦੇ ਵਿੱਚ ਚੱਲਦਾ ਆ ਜਿਹਨੇ ਮਸੀਹ ਨੂੰ ਆਪਣਾ ਜੀਵਨ ਦੇ ਦਿੱਤਾ ਕਿਉਂਕਿ ਗੱਲਾਂ ਦਾ ਨਹੀਂ ਹੈ ਨਾ ਯੇਸ਼ੂ ਮਸੀਹ ਕਹਿੰਦੇ ਯਾਰ ਤੁਸੀਂ ਮੈਨੂੰ ਜੇਲ੍ਹ 'ਚ ਮਿਲਣ ਨਹੀਂ ਆਏ ਤੁਸੀਂ ਮੈਂ ਭੁੱਖਾ ਸੀ ਤੁਸੀਂ ਮੈਨੂੰ ਰੋਟੀ ਨਹੀਂ ਦਿੱਤੀ ਮੈਂ ਬਿਮਾਰ ਸੀ ਤੁਸੀਂ ਮੈਨੂੰ ਦਵਾਈ ਨਹੀਂ ਦਿੱਤੀ ਉਹ ਕਹਿੰਦੇ ਪ੍ਰਭੂ ਅਸੀਂ ਨਾ ਤੁਹਾਨੂੰ ਕਦੀ ਦੇਖਿਆ ਹੀ ਨਹੀਂ ਵੀ ਤੁਸੀਂ ਬਿਮਾਰ ਹੋ ਜਾਂ ਭੁੱਖੇ ਹੋ ਜਾਂ ਤੁਸੀਂ ਜੇਲ੍ਹ 'ਚ ਹੋ ਕਿਉਂਕਿ ਪਰਮੇਸ਼ੁਰ ਦਾ ਰਾਜ ਗੱਲਾਂ ਦਾ ਨਹੀਂ ਆ ਬੱਚਾ ਕਹਿੰਦਾ ਕਿ ਅਨਾਥਾਂ ਦੀ ਵਿਧਵਾਵਾਂ ਦੀ ਸੁਧੀ ਲਓ ਤਾਂ ਲਵੋ ਕਿਉਂਕਿ ਉਹ ਸਾਨੂੰ ਕਰਨਾ ਆ ਕਿਉਂਕਿ ਵਚਨ ਨੇ ਆ ਕੇ ਯੇਸ਼ੂ ਮਸੀਹ ਨੇ ਕਿਹਾ ਕਿ ਜਿਹੜਾ ਮੈਨੂੰ ਪ੍ਰੇਮ ਕਰਦਾ ਆ ਉਹ ਮੇਰੀ ਆਗਿਆ ਦਾ ਕੀ ਕਰਦਾ ਪਾਲਣ ਕਰਦਾ ਹੁਣ ਅਸੀਂ ਆਪਣੇ ਆਪ ਨੂੰ ਦੇਖ ਸਕਦੇ ਹਾਂ ਕਿ ਅਸੀਂ ਯੇਸ਼ੂ ਮਸੀਹ ਨੂੰ ਕਿੰਨਾ ਕੁ ਪ੍ਰੇਮ ਕਰਦੇ ਹਾਂ ਕਿ ਵਾਕਈ ਜੇ ਅਸੀਂ ਦਿਲੋਂ ਪ੍ਰੇਮ ਕਰਦੇ ਹਾਂ ਜਿੱਦਾਂ ਯੇਸ਼ੂ ਮਸੀਹ ਨੇ ਕਿਹਾ ਕਿ ਤੁਸੀਂ ਮੈਨੂੰ ਪ੍ਰੇਮ ਕਰੋ ਜੇ ਸਾਡਾ ਉਹਦੇ ਵੀ ਤਰੀਕਾ ਪ੍ਰੇਮ ਕਰਨ ਦਾ ਕੀ ਤੇ ਕਿਹਾ ਅਸੀਂ ਪਰਮੇਸ਼ੁਰ ਦੀ ਆਗਿਆਵਾਂ ਨੂੰ ਮੰਨਦੇ ਹਾਂ ਕੀ ਪਰਮੇਸ਼ੁਰ ਜਿੱਦਾਂ ਕਹਿੰਦੇ ਵੀ ਸਾਡਾ ਵਚਨ ਹੋਣਾ ਚਾਹੀਦਾ ਵੀ ਉਦਾਂ ਅਸੀਂ ਚੱਲਦੇ ਹਾਂ ਕਿਉਂਕਿ ਇਹ ਬਹੁਤ ਜ਼ਰੂਰੀ ਆ ਕਿਉਂਕਿ ਗੱਲਾਂ ਐਕਸ਼ਨ ਜਿਹੜਾ ਮੈਂ ਦੱਸਿਆ ਐਕਸ਼ਨ ਸਪੀਕ ਲਾਊਡਰ ਦੈਨ ਵਰਡਸ ਇਹ ਟੌਪਿਕ ਮੈਂ ਨਸ਼ਾ ਮੁਕਤੀ ਕੇਂਦਰ 'ਚ ਸੀਗਾ ਉਦੋਂ ਮੈਂ ਨਸ਼ਾ ਕਰਦਾ ਸੀਗਾ ਉਦੋਂ ਮੇਰੇ ਘਰਦੇ ਨੇ ਉੱਥੇ ਚੰਡੀਗੜ੍ਹ ਰੋਡ 'ਤੇ ਇੱਕ ਨਸ਼ਾ ਮੁਕਤੀ ਕੇਂਦਰ ਆ ਮੈਨੂੰ ਉੱਥੇ ਛੱਡਿਆ ਉੱਥੇ ਕੁਝ ਸਲੋਗਨ ਲਿਖੇ ਹੋਏ ਸੀਗੇ ਐਕਸ਼ਨ ਸਪੀਕ ਲਾਊਡਰ ਦੈਨ ਵਰਡਸ ਲੈਟ ਗੋ ਲੈਟ ਗੋਡ ਮਤਲਬ ਕਾਫੀ ਇੰਨਾ ਦੀਆਂ ਚੀਜ਼ਾਂ ਸੀਗੀਆਂ ਉਹਨਾਂ ਨੂੰ ਮੈਂ ਕੀ ਕਰਦਾ ਹੁਣ ਜਦੋਂ ਪਰਮੇਸ਼ੁਰ ਮੈਨੂੰ ਕੋਈ ਵਿਸ਼ੇ ਦਿੰਦੇ ਮੈਂ ਉਹ ਅਨੁਭਵ ਨੂੰ ਵੀ ਕੀ ਕਰਦਾ ਆ ਇਕੱਠਾ ਕਰਕੇ ਪਰਮੇਸ਼ੁਰ ਦਾ ਕਲਾਮ ਪੇਸ਼ ਕਰਦਾ ਕਿਉਂਕਿ ਸਾਡੇ ਜੀਵਨ ਤੋਂ ਜਿੱਦਾਂ ਮੈਂ ਕਿਹਾ ਸਾਮਰਥ ਜਿਹੜੀ ਆ ਉਹ ਹੋਣੀ ਚਾਹੀਦੀ ਆ ਮੇਰੇ ਨੇ ਆਇਤ ਪੜ੍ਹਿਆ ਦੂਸਰਾ ਕਰੰਥੀਓ ਉਹਦਾ 12 ਅਧਿਆਇ ਦੂਸਰਾ ਗ੍ਰੰਥੀਓ 12 ਅਧਿਆਇ ਉਹਦੀ 9-10 ਅਤੇ ਉਸਨੇ ਮੈਨੂੰ ਆਖਿਆ ਕਿ ਮੇਰੀ ਕਿਰਪਾ ਹੀ ਤੇਰੇ ਲਈ ਬਹੁਤ ਹੈ ਕਿਉਂ ਜੋ ਮੇਰੀ ਸ਼ਕਤੀ ਕਮਜ਼ੋਰੀਆਂ ਵਿੱਚ ਸਿੱਧ ਹੁੰਦੀ ਹੈ ਇਸ ਲਈ ਮੈਂ ਆਪਣੀਆਂ ਕਮਜ਼ੋਰੀਆਂ ਉੱਤੇ ਵੱਡੇ ਅਨੰਤ ਨਾਲ ਮਾਣ ਕਰਾਂਗਾ ਤਾਂ ਜੋ ਮਸੀਹ ਦੀ ਸਮਰੱਥਾ ਮੇਰੇ ਉੱਤੇ ਬਣੀ ਰਹੇ ਹਾਲੇਲੂਇਆ ਹਾਲੇਲੂਇਆ ਇੱਥੇ ਪ੍ਰਭੂ ਦਾ ਦਾਸ ਕੀ ਕਹਿੰਦਾ ਕਹਿੰਦਾ ਪਰਮੇਸ਼ੁਰ ਨੇ ਮੈਨੂੰ ਕਿਹਾ ਕਿ ਜਦੋਂ ਤੂੰ ਕਮਜ਼ੋਰ ਆ ਉਦੋਂ ਮੇਰੀ ਸ਼ਕਤੀ ਕੀ ਆ ਤੇਤੇ ਹੋਊਗੀ ਤੇ ਉਹਦੀ ਸਮਰੱਥ ਪਰਮੇਸ਼ੁਰ ਦੀ ਬਣੀ ਰਹੂਗੀ ਜੇ ਅਸੀਂ ਨਿਰਬਲ ਆ ਇਹਦਾ ਮਤਲਬ ਇਹ ਨਹੀਂ ਆ ਵੀ ਅਸੀਂ ਕੁਝ ਕਰ ਨਹੀਂ ਸਕਦੇ ਜੇ ਸਾਡੇ ਕੋਲ ਸਾਰਾ ਕੁਝ ਲੈ ਦਿੱਤਾ ਗਿਆ ਸਾਡੇ ਕੋਲ ਸਭ ਕੁਝ ਖੋ ਦਿੱਤਾ ਗਿਆ ਉਹ ਪਹਿਲਾਂ ਨੂੰ ਪੈਸੇ ਨਹੀਂ ਹੈਗੇ ਆ
घर बार नहीं हैगा या जमीन जायदाद नहीं हैगी या कुछ नहीं है, मतलब दुनियावी आशीषा की गल कर रहा, तो यह मतलब यह नहीं है भी साढ़े को कुछ नहीं है, पर साढ़े को बहुमुल्य चीज जी परमेश्वर का कलाम परमेश्वर के कलाम के द्वारा की आ साड़ी कमजोरिया जो परमेश्वर सानू की कर देता खड़ा कर देता, क्योंकि उसकी सामर्थ साड़ी कमजोरिया दे विच ही की करती आ साढ़े ते छाया करती आ, ते छाया उदो करूगी परमेश्वर की सामर्थ जदों असी परमेश्वर नू अपने आप नू सौंपदांगे, जब तक अपने आप नू सौंपांगे नहीं परमेश्वर का कलाम साढ़े जीवन से किदां काम करूगा। पतरस ने आगे यीशु मसीह के चरणों से गिर गया, वह कहता प्रभु जी मैं पापी हाँ मेरे को करो चले जाओ, गिरन तो आप देख सकते हैं कि उन्हें अपने आगे हाथ खड़े करते भी प्रभु जी मैं पापी हाँ गिर गया, यानी कि अपने आप को दीन कर लिया हलीम कर लिया कि प्रभु मैं कुछ नहीं हाँ मेरे को चल जा, क्योंकि उन्हें प्रभु की सामर्थ को की किया महसूस कर लिया। हालेलुया, उन्हें अपने जो असं अपने आप को दीन करते हैं हलीम करते हैं प्रभु के अगे अपने आप को झुका दें अपना जीवन प्रभु को दे दें, फिर की करता फिर पतरस को यीशु मसीह ने की कहा कि आजा मैं तेनों की करता बंदे फड़न वाला बना दिता। हालेलुया, क्योंकि जे असी चाहते हैं कि साड़ी निर्बलतावां दे विच साडे जो परिवार च दुख तकलीफ परेशानी तंगी मुसीबत आ, जो साढ़े काम काज नहीं है, जो सानू कुछ दिख नहीं रहा, जे असी चाहते हैं कि उस टाइम परमेश्वर की सामर्थ साढ़े घरे साढ़े विच साढ़े परिवार च साढ़े दुखा च साड़ी परेशानिया च की करे काम करे, तो सानू परमेश्वर के अगे अपने घुटने टेकने पौगे। हालेलुया, सानू परमेश्वर के अगे अपने आप को दीन करना पौगा हलीम करना पौगा, परमेश्वर को कहना पौगा कि प्रभु तू मेरे जीवन च की कर काम कर, प्रभु मेरे जीवन च की है छुटकारा लेके आ, प्रभु मेरे जीवन च की है मेनू दुखा चो कढ लै, कि मैं जदों प्रभु नू दुख तंगी तकलीफ च पुकारा तो परमेश्वर मेरी सुनना ते सुन के उहदा की करदा जवाब दिंदा, और जवाब उहदा की आ साडे उत्ते परमेश्वर की छाया सामर्थ करदी आ ते असीं उह दुख तकलीफ परेशानी चो की आ उभर आंदे आ। हालेलुया, क्योंकि परमेश्वर का वचन कहता है परमेश्वर का राज्य जड़ा गल्लां दा नहीं है सामर्थ दा है। एक छोटी जी स्टोरी सुना के मैं बहना चाहूंगा, वो मैनू मैं विश्वास करना कि वह तुम इनकरेज करूंगी। एक हंगेरियन आदमी सिगा कैरली, ओदी की आ वो अपने देश का सब तो बेस्ट शूटर सिगा, तुसी हो सकता कई जने ने सुनी भी हो, अपने देश का बेस्ट शूटर सिगा पिस्टल शूटर, वो आर्मी दे विच सिगा, ओदे की आ प्रशिक्षण चल रहा सिगा ट्रेनिंग चल रही थी, ओदे हाथ च की आ बंब फुट गया ते ओदा हाथ की आ कटना पै गया, ओह साल तो अगले की आ ओलंपिक्स दे लई ओह बंदे ने जाना सिगा, पर जड़ा ओदा सब तो बेस्ट हैंड आ जेदे नाल उहने की आ अपने देश च ना कमाया ओही हाथ की आ ओदा कट गया, पर उन्हें किया उन्हें उस बंदे ने हार नहीं मनी, और डॉक्टर को गया डॉक्टर ने उसका ऑपरेट किया बाह कटती वो बंदा हारिया नहीं, उन्हें की किया उन्हें इस हाथ के नाल किया प्रैक्टिस करनी शुरू कर दी, जबकि वह बेस्ट पिस्टल शूटर सी आले हाथ का, तो फिर किया अगले साल फिर कॉम्पीटिशन आ वर्ल्ड का ओलंपिक्स आ उत्थे सारे खड़े आई गया उ सारिया ने की किया तो बढ़िया तालियां मार के उसका स्वागत किया, उन्हें कहा भी ये असली स्पोर्ट्समैनशिप आ भी जड़ा सानू इनकरेज करन आया, वो अगे उन्होंने की कहता कहता मैं तुम्हें इनकरेज करन नहीं आया, कहता मैं खुद हिस्सा लैन आया, जबकि सारे अपने सब तो वधिया हाथ के नाल की उस पार्टीसपेट कर रहे हैं, तो वह बंदा सिर्फ इको ही हाथ के नाल जिन्ना उन्हें प्रैक्टिस कर करके दोबारा सीखा वो हाथ लैके वह किया उत्थे गया तो उन्हें वह ओलंपिक्स किया वह बंदे ने जीत ली। दोबारा ओलंपिक्स किया जितिया, ते साडे जीवन च भी असीं गल्लां करन वाले नहीं रहना, सिर्फ गल्लां नहीं असीं करनियां, असीं परमेश्वर की सेवकाई नूं वधाउण दे लई जे असीं अपना जीवन दिता आ, जे असीं कहा कि मैं जीवन भर मैं प्रभु तेरी सेवा करूंगा मेरा घराना तेरी सेवा करूंगा ते सानू ओह काम करने आ, फिर चाहे कोई भी परिस्थिति होवे चाहे कोई भी अगे क्यों ना किड्डा वड्डा पहाड़ भी खड़ा होवे असीं की करना असीं परमेश्वर के द्वारा सामर्थ प्राप्त करके उस ते की कर लैणी विजय पा लैणी। प्रभु तुहानू सारिआं नूं इस वचन के द्वारा आशीर्वाद।